ਫਿਲੌਰ ਵਿਖੇ ਬੱਸ ਸਟੈਂਡ ਕੋਲ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਬਜ਼ੁਰਗ ਮਹਿਲਾ ਟਰੱਕ ਦੀ ਚਪੇਟ ਵਿੱਚ ਆ ਗਈ ਤੇ ਮੌਕੇ ਤੇ ਹੀ ਉਸਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮ੍ਰਿਤਕ ਮਹਿਲਾ ਬੱਸ ਵਿੱਚੋਂ ਉਤਰ ਕੇ ਆਪਣੇ ਬੱਚੇ ਨਾਲ ਰਿਕਸ਼ਾ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਗਲਤ ਦਿਸ਼ਾ ਵਿੱਚ ਆ ਰਹੇ ਟਰੱਕ ਦੀ ਚਪੇਟ ਵਿੱਚ ਆ ਗਈ। ਦੱਸ ਦਈਏ ਕਿ ਇਸ ਘਟਨਾ ਵਿੱਚ ਬੱਚਾ ਬਾਲ ਬਾਲ ਬਚ ਗਿਆ, ਜਦਕਿ ਮ੍ਰਿਤਕ ਮਹਿਲਾ ਦੀ ਪਹਿਚਾਣ ਕਰਨ ਤੋਂ ਬਾਅਦ ਉਸਦੀ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਉਧਰ ਪੁਲਿਸ ਨੇ ਮੌਕੇ ਤੇ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਤੇ ਬਣਦੀ ਕਾਰਵਾਈ ਆਰੰਭ ਦਿੱਤੀ ਹੈ। ਹਾਂਜੀ, ਇਹਦਾ ਨਾਮ ਹੈਗਾ ਦਲਵੀਰ ਕੌਰ ਪਤਨੀ ਲੇਟ ਦਰਸ਼ਨ ਸਿੰਘ। ਇਹ ਗੜਾ ਰੋਡ ਮਹੱਲਾ ਢੇਰੀਆਂ ਦੀ ਆ, ਮਹੱਲਾ ਚੌਧਰੀਆਂ ਜੀ। ਤੇ ਇਹ ਜਿਹੜੀ ਆ ਜਿਹੜੀ ਮਲੂਕ ਹੋਈ ਆ ਉਹ 65 ਤੋਂ 70 ਦੇ ਕਰੀਬ ਜੀ। ਇਹ ਅਬਾਊਟ ਘੰਟਾ ਹੋ ਗਿਆ, ਥੋੜ੍ਹਾ ਜਿਹਾ ਕ੍ਰੋਸ ਕਰਨ ਲੱਗੀ ਸੀ, ਉੱਧਰੋਂ ਟਰੱਕ ਆਇਆ ਅਤੇ ਟਰੱਕ ਨੇ ਇਹਨੂੰ ਪੁੱਛ ਦਿੱਤਾ। ਠੀਕ ਆ, ਇਹ ਤੁਹਾਡੇ ਜਿਹੜੇ ਇਹਦੇ ਪਿਛਲੇ ਜੋ ਟਾਇਰ ਸੀ ਉਹਨਾਂ ਦੇ ਵਿੱਚ ਇਹ ਲੇਡੀ ਜਿਹੜੀ ਆ ਫਿਰ ਦੌੜ ਗਈ, ਇਹ ਵਿੱਚ ਉਹ ਫਸ ਗਈ। ਕਾਫੀ ਜਿਹੜੀ ਆ ਕਰਮਚਾਰੀਆਂ ਅਤੇ ਪਬਲਿਕ ਦੀ ਮਦਦ ਦੇ ਨਾਲ ਇਹਨੂੰ ਜਿਹੜਾ ਫਿਰ ਦੌੜ ਨੂੰ ਜਿਹੜਾ ਉਹਨਾਂ ਚੱਕਿਆਂ ਦੇ ਵਿੱਚੋਂ ਕੱਢ ਕੇ ਅਤੇ ਸਿਵਲ ਹੋਸਪਿਟਲ ਜਿਹੜਾ ਵਾ ਉਹ ਭੇਜਿਆ ਗਿਆ ਵਾ। ਸਰ, ਜਿਹੜਾ ਟਰੱਕ ਦਾ ਡਰਾਈਵਰ ਸੀ ਸਰ? ਹਾਂ, ਜਿਹੜਾ ਟਰੱਕ ਦਾ ਡਰਾਈਵਰ ਆ ਉਹ ਵੀ ਕਾਬੂ ਕਰ ਲਿਆ, ਉਹਨੂੰ ਥਾਣੇ ਭੇਜ ਦਿੱਤਾ ਗਿਆ ਪੁਲਿਸ ਸਟੇਸ਼ਨ, ਅਤੇ ਟਰੱਕ ਨੂੰ ਜਿਹੜਾ ਕਬਜ਼ੇ 'ਚ ਲੈ ਲਿਆ। ਸਰ, ਤੁਹਾਨੂੰ ਲੱਗਦਾ ਵੀ ਜਿਹੜਾ ਟਰੱਕ ਆ ਰੋਂਗ ਸਾਈਡ 'ਤੇ ਮੁੜਿਆ ਹੋਇਆ ਹੈ? ਟਰੱਕ ਜੇ ਤੁਹਾਨੂੰ ਮੁੜਿਆ ਹੈ ਤਾਂ ਰੋਂਗ ਸਾਈਡ ਮੁੜਿਆ, ਇੱਥੋਂ ਤੋਂ ਕੋਨੇ ਜਿਹਾ 'ਤੇ ਬਣਿਆ ਹੋਇਆ ਕਿ ਜਿਹੜੀ ਇਹਦੀ ਤਫਤੀਸ਼ ਕੀਤੀ ਜਾਊਗੀ। ਫਿਲੌਰ ਤੋਂ C1 ਨਿਊਜ਼ ਦੇ ਲਈ ਪ੍ਰਭਪਾਲ ਦੀ ਰਿਪੋਰਟ।